ਪਹਿਲੀ ਖਬਰ ਹੈ ਪੰਜਾਬ ਦੇ ਵਿੱਚ ਸਰਕਾਰੀ ਬੱਸਾਂ ਦੀ ਹੜਤਾਲ ਅੱਜ ਤੋਂ 2 ਦਿਨ ਦੇ ਲਈ ਚੱਕਾ ਜਾਮ ਪੰਜਾਬ ਰੋਡਵੇਜ ਆ ਪੰਨ ਬੱਸ ਪੀਆਰਟੀਸੀ ਦੇ ਕੰਟਰੈਕਟ ਕਾਮਿਆਂ ਨੇ 12 ਤੇ 13 ਮਾਰਚ ਨੂੰ ਚੱਕਾ ਜਾਮ ਕਰਨ ਦਾ ਐਲਾਨ ਕਰ ਦਿੱਤਾ ਅੱਜ ਤੇ ਭਲਕੇ ਪੰਜਾਬ ਦੇ ਵਿੱਚ ਸਰਕਾਰੀ ਬੱਸਾਂ ਨਹੀਂ ਚੱਲਣਗੀਆਂ ਜੂਨੀਅਨ ਦੇ ਸੂਬਾ ਪੱਧਰੀ ਮੀਟਿੰਗਾਂ ਪ੍ਰਧਾਨ ਰੇਸ਼ਮ ਸਿੰਘ ਗੱਲ ਦੇ ਪ੍ਰਧਾਨਗੀ ਹੇਠ ਹੋਈ ਜਿਸ ਦੇ ਵਿੱਚ ਸਮੂਹ ਡੀਪੂਆਂ ਦੇ ਆਗੂ ਹਾਜ਼ਰ ਹੋਏ ਗੱਲ ਨੇ ਕਹਿ ਕੇ ਪੰਜਾਬ ਸਰਕਾਰ ਬਾਰ-ਬਾਰ ਮੀਟਿੰਗ ਦੇ ਵਿੱਚ ਮੰਗਾ ਮੰਨ ਕੇ ਲਾਗੂ ਕਰਨ ਦੀ ਬਜਾਏ ਮੀਟਿੰਗਾਂ ਦੇ ਵਿੱਚ ਲਾਗੂ ਹੋਏ ਫੈਸਲਿਆਂ ਨੂੰ ਤੋੜ ਮੋੜ ਕੇ ਲਾਗੂ ਕਰ ਰਹੀ ਹੈ ਪਿਛਲੇ ਦਿਨੇ ਟ੍ਰਾਂਸਪੋਰਟ ਮੰਤਰੀ ਸੈਕਟਰੀ ਐਮ ਡੀ ਦੇ ਨਾਲ ਹੋਈ ਮੀਟਿੰਗ ਦੇ ਵਿੱਚ ਉਹ ਇਹ ਫੈਸਲੇ ਨੂੰ ਹੈੱਡ ਆਫਿਸ ਦੇ ਕੁਝ ਅਧਿਕਾਰੀਆਂ ਦੇ ਵੱਲੋਂ ਲਾਗੂ ਕਰਨ ਦੇ ਵਿੱਚ ਦੇਰੀ ਕੀਤੀ ਜਾ ਰਹੀ ਹੈ ਤੇ ਸਸਪੈਂਡਡਾ ਕੰਟਰੈਕਟ ਮਲਾਈਮਾ ਨੂੰ ਆਊਟਸੋਰਸ ਤੇ ਠੇਕੇਦਾਰ ਦੇ ਕੋਲ ਭੇਜਿਆ ਜਾ ਰਿਹਾ ਤੇ ਹੁਣ ਪੀ ਆਰਟੀਐਸ ਵਿੱਚ ਛੁੱਟਿਆ ਤੇ ਰੈਸਟ ਵੀ ਠੇਕੇਦਾਰ ਤੋਂ ਲੈਣ ਦੇ ਲਈ ਕਿਹਾ ਜਾ ਰਿਹਾ ਹੈ ਚੋਣਾ ਤੋਂ ਠੀਕ ਆ ਪਹਿਲਾਂ ਸਰਕਾਰ ਨੇ CAA ਕੀਤਾ ਲਾਗੂ ਇੰਡੀਆ ਨੂੰ ਕਿੰਨਾ ਫਾਇਦਾ ਨਾਗਰਿਕਤਾ ਸੋਧਾ ਕਾਨੂੰਨਾ CAA ਦੇ ਲਾਗੂ ਹੋ ਜਾਂਦੇ ਨਾਲ ਹੁਣ ਪਾਕਿਸਤਾਨ ਅਫਗਾਨਿਸਤਾਨ ਤੇ ਬੰਗਲਾਦੇਸ਼ ਦੇ ਗੈਰ ਮੁਸਲਮਾਨ ਪ੍ਰਵਾਸੀ ਵੀ ਭਾਰਤੀ ਨਾਗਰਿਕਤਾ ਦੇ ਲਈ ਅਰਜੀ ਦੇ ਸਕਦੇ ਹਨ ਇਹਨਾਂ ਦੇਸ਼ਾਂ ਦੇ ਮੁਸਲਮਾਨਾਂ ਨੂੰ ਇਹ ਸਹੂਲਤ ਤਾਂ ਨਹੀਂ ਹੋਵੇਗੀ 4.5 ਸਾਲ ਪਹਿਲਾਂ ਮੋਦੀ ਦੋ ਸਰਕਾਰ ਨੇ ਇਸ ਨੂੰ ਸੰਸਦ ਵਿੱਚ ਪਾਸ ਕਰਵਾਇਆ ਸੀ ਪਰ ਭਾਰੀ ਵਿਰੋਧ ਦਾ ਕਾਰਨ ਇਸ ਨੂੰ ਲਾਗੂ ਨਹੀਂ ਕੀਤਾ ਗਿਆ। ਇਸ ਕਾਨੂੰਨ ਨੂੰ ਲਾਗੂ ਕਰਨ ਦਾ ਨੋਟੀਫਿਕੇਸ਼ਨ ਜਾਰੀ ਹੋਣ ਤੋਂ ਬਾਅਦ ਮੁ슬ਮਾਨ ਭਾਈਚਾਰਾ ਅਲੱਗ-ਥਲੱਗ ਹੋ ਗਿਆ ਤੇ ਇਹ ਇੱਕੋ ਇੱਕ ਅਜਿਹੇ ਭਾਈਚਾਰਾ ਜਿਹਦੇ ਗੈਰਕਾਨੂੰਨੀ ਪ੍ਰਵਾਸੀ ਹੁਣ ਭਾਰਤ ਦੇ ਨਾਗਰਿਕ ਨਹੀਂ ਬਣ ਸਕਣਗੇ। ਜਦਕਿ ਇਹਨਾਂ ਦੇਸ਼ਾਂ ਦੇ ਹਿੰਦੂ, ਸਿੱਖ, ਬੋਧੀ, ਜੈਨ, ਪਾਰਸੀ ਅਤੇ ਈਸਾਈ ਭਾਈਚਾਰਿਆਂ ਦੇ ਲੋਕ ਇਹਦਾ ਫਾਇਦਾ ਉਠਾਉਣਗੇ ਤੇ ਇਸ ਤਰ੍ਹਾਂ ਮੁ슬ਮਾਨ ਵੋਟਾਂ ਦੇ ਮੁਕਾਬਲੇ ਹਿੰਦੂ ਵੋਟਾਂ ਭਾਈਪਾਤ ਦੇ ਖਾਤਰ ਵਿੱਚ ਜਾਣ ਗਿਆਂ। ਅਗਲੀ ਖਬਰ ਦੇ ਵੱਲ ਵਧਣ ਤੋਂ ਪਹਿਲਾਂ ਜਿਹੜੇ ਸਰੋਤੇ ਵੀਰ ਸਾਡੇ ਨਾਲ ਚੈਨਲ ਤੇ ਨਵੇਂ ਜੁੜੇ ਹਨ ਤੇ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦਿੱਤੇ ਹੋਏ ਘੰਟਾਲ ਬਟਨ ਨੂੰ ਦਬਕ ਕੇ 올 ਤੇ ਕਲਿੱਕ ਕਰ ਲੈਣ ਤਾਂ ਜੋ ਆਉਣ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨਾਂ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ। ਆਪ ਵਿਧਾਇਕ ਇੰਦਰਜੀਤ ਕੌਰ ਨੇ ਮਹਿਲਾ ਮੰ ਨੂੰ ਮਿਲਣ ਵਾਲੇ 1000 ਰੁਪਏ ਤੇ ਦਿੱਤਾ ਇਹ ਵੱਡਾ ਬਿਆਨ। ਆਪ ਵਿਧਾਇਕਾ ਇੰਦਰਜੀਤ ਕੌਰ ਦੇ ਨਾਲ ਸਦਨ ਦੇ ਬਾਹਰ ਗੱਲਬਾਤ ਕੀਤੀ ਗਈ ਉਹਨਾਂ ਦਾ ਕਹਿਣਾ ਹੈ ਕਿ ਸੈਸ਼ਨ ਬਹੁਤ ਹੀ ਕਾਮਯਾਬ ਰਿਹਾ ਬਜਟ ਨੇ ਪੰਜਾਬ ਦੇ ਲੋਕਾਂ ਨੂੰ ਬਿਨਾ ਟੈਕਸ ਲਗਾਏ ਸਾਰੀਆਂ ਸਹੂਲਤਾਂ ਦਿੱਤੀਆਂ ਅਤੇ ਪੰਜਾਬੀ ਬਹੁਤ ਖੁਸ਼ ਹਨ ਇਸ ਦੌਰਾਨ ਉਹਨਾਂ ਨੇ ਮਹਿਲਾਵਾਂ ਨੂੰ ਮਿਲਣ ਵਾਲੇ 1000 ਰੁਪਏ ਤੇ ਵੱਡਾ ਬਿਆਨ ਦਿੱਤਾ ਉਹਨਾਂ ਦਾ ਕਹਿਣਾ ਕਿ ਪੰਜਾਬ ਦੀਆਂ ਔਰਤਾਂ ਮੁਆਫਤਾ ਸਫ਼ਰ ਦੇ ਨਾਲ ਖੁਸ਼ ਹਨ ਤੇ ਪੰਜਾਬ ਦੀ ਹੋਰੀ ਤਰੱਕੀ ਤੋਂ ਬਹੁਤ ਖੁਸ਼ ਹਨ ਤੇ ਆਪਣੇ ਬੱਚਿਆਂ ਨੂੰ ਮੈਡਿੰਗਾਂ ਨੌਕਰੀਆਂ ਤੋਂ ਖੁਸ਼ ਹੰਤੇ ਕਰੀਬ 7000 ਰੁਪਏ ਬਿਲੀ ਦਾ ਬਿੱਲ ਬਚਨ ਤੇ ਖੁਸ਼ ਹੰਤੇ ਹੁਣ ਸਾਨੂੰ 1000 ਰੁਪਏ ਬਾਰੇ ਕਦੇ ਕਿਸ ਨੇ ਨਹੀਂ ਪੁੱਛਿਆ ਵਿਧਾਇਕ ਇੰਦਰਜੀਤ ਕੌਰ ਦਾ ਕਹਿੰਨਾ ਕਿ 1000 ਰੁਪਏ ਨੂੰ ਲੈ ਕੇ ਔਰਤਾਂ ਨੂੰ ਹੁਣ ਬਹੁਤਾ ਕਾਲੀ ਨਹੀਂ ਪਈ ਹੈ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਮਾਨ ਸਰਕਾਰ ਨੇ ਆਪਣੀਆਂ ਤਿੰਨ ਗਰੰਟੀਆਂ ਤੇ ਬਿਹਤਰ ਕੰਮ ਕੀਤਾ ਬਾਕੀ ਵਾਅਦਾ ਪੂਰਾ ਜ਼ਰੂਰ ਕੀਤਾ ਜਾਵੇਗਾ ਔਰਤਾਂ ਨੂੰ ਆਤਮ ਨਿਰਭਰ ਬਣਾਉਣ ਤੇ ਵੀ ਵਿਧਾਇਕ ਇੰਦਰਜੀਤ ਕੌਰ ਨੇ ਦੱਸਿਆ ਉਹਨਾਂ ਨੇ ਕਹਿ ਕੇ ਪੰਜਾਬ ਦੀ ਆਬਾਦੀ ਦੇ ਵਿੱਚ 25 ਤੋਂ 30% ਦੀ ਔਰਤਾਂ ਜੋ ਕਿ ਘਰਾਂ ਦੇ ਵਿੱਚ ਬੈਠੀਆਂ ਹਨ ਤੇ ਉਹਨਾਂ ਦੇ ਕੋਲ ਆਮਦਨ ਦਾ ਕੋਈ ਸਾਧਨ ਨਹੀਂ ਅਤਿਹ ਦੇ ਲਈ ਔਰਤਾਂ ਨੂੰ ਆਰਥਿਕ ਤੌਰ ਤੇ ਮਜ਼ਬੂਤ ਕਰਨਾ ਸਾਡਾ ਫਰਜ਼ ਹੈ ਪੰਜਾਬ ਚ ਪ੍ਰਾਈਵੇਟ ਸਕੂਲਾਂ ਦੇ ਵੱਲੋਂ ਹੁੰਦੀ ਵਿਦਿਆਰਥੀਆਂ ਦੀ ਲੁੱਟ ਦੇ ਲੱਗੇਗੀ ਰੋਕ ਦਾ ਵਿਧਾਨ ਸਭਾ ਦੇ ਵਿੱਚ ਉઠਿਆ ਮੁੱਦਾ ਤਾਂ ਉਸ ਤੋਂ ਪ੍ਰਾਈਵੇਟ ਸਕੂਲਾਂ ਦੇ ਵੱਲੋਂ ਵਿਦਿਆਰਥੀਆਂ ਦੇ ਕੀਤੀ ਜਾ ਰਹੀ ਲੁੱਟ ਦਾ ਮੁੱਦਾ ਪੰਜਾਬ ਵਿਧਾਨ ਸਭਾ ਦੇ ਵਿੱਚ ਵੀ ਉਠਾਇਆ ਗਿਆ ਗੁਲੰਦਰਾ ਕੇਂਦਰੀ ਦੇ ਵਿਧਾਇਕ ਰਮਨ ਅਰੂੜਾ ਨੇ ਇਹ ਮੁੱਦਾ اٹھਾਇਆ ਉਹਨਾਂ ਦਾ ਕਹਿਣਾ ਹੈ ਕਿ ਪ੍ਰਾਈਵੇਟ ਸਕੂਲ ਆਪਣੀ ਮਰਜ਼ੀ ਦੇ ਅਨੁਸਾਰ ਸਾਲਾਨਾ ਬਿਲਡਿੰਗ ਚਾਰਜੇਸ ਅਤੇ ਫੰਡ ਇਕੱਠੇ ਕਰ ਰਹੇ ਹਨ ਤੇ ਨਵਾਂ ਸੈਸ਼ਨ ਸ਼ੁਰੂ ਹੋਣ ਵਾਲਾ ਤੇ ਦਾਖਲਾ ਸ਼ੁਰੂ ਹੋਣ ਵਾਲਾ ਤੇ ਜਾਇਦੇ ਬੱਚਾ ਹੁਣ ਇਹਨਾਂ ਸਕੂਲਾਂ ਤੇ ਸ਼ਿਕੰਜਾ ਕਸਣਾ ਚਾਹੀਦਾ ਹੈ ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ 10-10 ਦੁਕਾਨਾਂ ਕਿਤਾਬਾਂ ਤੇ ਵਰਦਨ ਆਦਿ ਰੱਖੀਆਂ ਜਾਣ ਤਾਂ ਜੋ ਲੋਕਾਂ ਨੂੰ ਸਕੂਲਾਂ ਤੋਂ ਹੋ ਰਹੀ ਲੁੱਟ ਤੋਂ ਬਚਾਇਆ ਜਾ ਸਕੇ ਉਨ੍ਹਾਂ ਨੇ ਕਿਹਾ ਕਿ ਸਕੂਲਾਂ ਹਜੇ ਵੀ ਬੱਚਿਆਂ ਤੇ ਪਰਿਵਾਰਕ ਮੈਂਬਰਾਂ ਨੂੰ ਕਰੋਨਾ ਦੇ ਸਮੇਂ ਦੇ ਦੌਰਾਨ ਬਕਾਇਆ ਦੀ ਵਸੂਲੇ ਦੇ ਲਈ ਨੋਟਿਸ ਜਾਰੀ ਕਰ ਰਹੇ ਹੰਤੇ ਤੋ ਤੱਕ ਕਿ ਬੱਚਿਆਂ ਦੇ ਨਤੀਜੇ ਵੀ ਰੁਕੇ ਜਾ ਰਹੇ ਹਨ। ਅਗਲੀ ਖਬਰਾਂ ਭਗਵਾਨਤਮਾਨ ਮੁੱਖ ਮੰਤਰੀ ਰਹਿਣ ਦੇ ਕਾਬਲ ਨਹੀਂ ਹਰ ਫਰੰਟ ਤੇ ਫੇਲ ਆ। ਕੋਈ ਆਪ ਸਰਕਾਰ ਹਰ ਸਮਰਥਕ ਔਰ ਬਾਦਲ ਤਾਂ ਦੋ ਤੋਂ ਸ਼ੁਰੂਮਣੀ ਆ ਕਾਲੀਦਾਲਾ ਬਾਦਲ ਨੇ ਲੋਕ ਸਭਾ ਚੋਣਾਂ ਲੈ ਕੇ ਕਮਰ ਕੱਸ ਲਈ ਆ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਵੱਲੋਂ ਪਿੰਡ ਮੂਸੇ ਅਤੇ ਹੋਰਾਂ ਪਿੰਡਾਂ ਦਾ ਦੌਰਾ ਕੀਤਾ ਗਿਆ ਇਸ ਮੌਕੇ ਉਹਨਾਂ ਨੇ ਵੱਖ-ਵੱਖ ਪਿੰਡਾਂ ਦੇ ਵਿੱਚ ਆ ਪਾਰਟੀ ਵਰਕਰਾਂ ਦੇ ਨਾਲ ਮੀਟਿੰਗ ਕੀਤੀ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦਾ ਕਹਿਣਾ ਕਿ ਆਪ ਦੀ ਪੰਜਾਬ ਸਰਕਾਰ ਹਰ 프ਰੰਟ ਤੇ ਫੈਲ ਹੋ ਚੁੱਕਿਆ ਉਹਨਾਂ ਨੇ ਕਹਿ ਕੇ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਵੱਡੇ-ਵੱਡੇ ਵਾਅਦੇ ਕੀਤੇ ਸਨ ਸਾਰਿਆਂ ਨੂੰ ਪੱਕੀਆਂ ਨੌਕਰੀਆਂ ਦਿੱਤੀਆਂ ਜਾਣਗੀਆਂ ਕਿਸਾਨਾਂ ਨੂੰ ਐਮਐਸਪੀ ਦਿੱਤੀ ਜਾਵੇਗੀ ਪ੍ਰਹਾਟਾਚਾਰ ਜਿਹੜਾ ਖਾਤਮ ਹੋ ਜਾਵੇਗਾ ਗੈਰ ਕਾਨੂੰਨੀ ਮਾਈਨਿੰਗ ਬੰਦ ਹੋ ਜਾਵੇਗੀ ਪਰ ਸਾਰੇ ਦੇ ਸਾਰੇ ਵਾਅਦੇ ਖੋਖਲੇ ਸਾਬਤ ਹੋ ਰਹੀ ਹਨ ਪੰਜਾਬ ਦੇ ਲੋਕਾਂ ਦੇ ਨਾਲ ਆਮ ਆਦਮੀ ਪਾਰਟੀ ਨੇ ਝੂਠ ਬੋਲ ਕੇ ਸੱਤਾ ਹਾਸਲ ਕਰ ਲਈ ਤੇ ਹੁਣ ਲੋਕ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ ਅਗਲੀ ਖਬਰ ਦਿੱਲੀ ਵਿਖੇ ਮਹਾਪੰਚਾਇਤ ਨੂੰ ਲੈ ਕੇ ਕਿਸਾਨਾਂ ਵੱਗੂ ਚੜੂਨੀ ਦਾ ਵੱਡਾ ਬਿਆਨ ਕੀਤਾ ਇਹ ਅਪੀਲ ਕਿਸਾਨ ਜੱਟੇ ਬੰਗਿਆਂ ਦੇ ਵੱਲੋਂ 14 ਮਾਰਚ ਨੂੰ ਦਿੱਲੀ ਦੇ ਰਾਮਲੀਲਾ ਗਰਾਊਂਡ ਦੇ ਵਿੱਚ ਮਹਾ ਪੰਚਾਇਤ ਕਰਨ ਦਾ ਐਲਾਨ ਕੀਤਾ ਗਿਆ ਤੇ ਇਸ ਦੇ ਲਈ ਦੇਸ਼ ਭਰ ਦੇ ਕਿਸਾਨਾਂ ਨੂੰ ਉੱਥੇ ਪਹੁੰਚਣ ਦੀ ਅਪੀਲ ਕੀਤੀ ਗਈ ਹੈ। ਦਿੱਲੀ ਦੇ ਵਿੱਚ ਹੋਣ ਵਾਲੀ ਮਹਾ ਪੰਚਾਇਤ ਨੂੰ ਲੈ ਕੇ ਕਿਸਾਨਾਂ ਕੋ ਗਰਨਾਮ ਸਿੰਘ ਚੜੂਨੀ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਹਨਾਂ ਨੇ ਕਹਿ ਕੇ ਮੇਰੀ ਅਪੀਲ ਹੈ ਕਿ ਐਸਾ ਸੰਘਰਸ਼ ਦੇ ਵਿੱਚ ਜ਼ਰੂਰ ਤੋਂ ਜ਼ਿਆਦਾ ਲੋਕ ਆ ਇਕੱਠੇ ਹੋਣ ਅਤੇ ਅੰਦੋਲਨ ਨੂੰ ਹੋਰ ਮਜ਼ਬੂਤ ਕਰਨ। ਪਾਵੇਂ ਸਾਡੇ ਹਰਿਆਣਾ ਪੰਜਾਬ ਰਾਜਸਥਾਨ ਉੱਤਰ ਪ੍ਰਦੇਸ਼ ਦੀਆਂ ਟੀਮਾਂ ਹੁਣ ਉਹ ਜਿਆਦਾ ਤੋਂ ਜਿਆਦਾ ਪ੍ਰਚਾਰ ਕਰਨ ਅਤੇ ਅਧਿਕਾਰੀ ਇੱਕ ਦੂਜੇ ਦੇ ਨਾਲ ਸੰਪਰਕ ਕਰਨ ਉਹਨਾਂ ਦਾ ਕਹਿਣਾ ਹੈ ਕਿ ਕਿਸਾਨ ਟ੍ਰੇਨ ਗੱਡੀ ਜਾਂ ਬੱਸ ਦੇ ਰਾਹੀਂ ਦਿੱਲੀ ਪਹੁੰਚ ਸਕਦੇ ਹਨ ਤੇ ਨਾਲ ਹੀ ਉਹਨਾਂ ਦੇ ਹੱਥਾਂ ਨੇ ਵਿੱਚ ਆ ਕਿਸਾਨੀ ਝੰਡੇ ਵੀ ਹੋਣੇ ਚਾਹੀਦੇ ਹਨ ਜੇ ਝੰਡਾ ਨਾ ਹੋਣ ਤਾਂ ਸਟicker ਬਣਾ ਕੇ ਲਗਵਾ ਸਕਦੇ ਹਨ ਤੇ ਆਪਣੀ ਤਾਕਤ ਦਿਖਾਉਂਦਾ ਸਮਾਂ ਹੈ ਜਿਆਦਾ ਤੋਂ ਜਿਆਦਾ ਗੈਂਤਿਰ ਵਿੱਚ ਪਹੁੰਚਣਾ ਹੈ ਹਰਿਆਣੇ ਵਾਲੇ ਸਵੇਰੇ 9 ਵਜੇ ਕਨੌਰ ਕੋਲ ਸਬਜ਼ੀ ਮੰਡੀ ਦੇ ਕੋਲ ਇਕੱਠੇ ਹੋ ਜਾਣਗੇ ਤੇ ਫਿਰ ਆਰਾਮ ਲੀਲਾ ਗਰਾਊਂਡ ਦੇ ਵਿੱਚ ਜਾਣਗੇ ਐਸ ਜ਼ਿਲ੍ਹੇ ਵਿੱਚ ਲੱਗੀ ਧਾਰਾ 144 ਤਹਿਤ ਪਾਬੰਦੀਆਂ ਜ਼ਿਲ੍ਹਾ ਮੈਜਿਸਟ੍ਰੇਟ ਜਸਪ੍ਰੀਤ ਸਿੰਘ ਨੇ ਜ਼ਿਲ੍ਹਾ ਬਠਿੰਡਾ ਦੇ ਹਦੂਦ ਦੇ ਅੰਦਰ ਪਾਬੰਦੀ ਦੇ ਸੰਬੰਧੇ ਹੁਕਮ ਜਾਰੀ ਕੀਤੇ ਹਨ ਜਾਰੀ ਕੀਤੇ ਗਏ ਹੁਕਮਾਂ ਦੇ ਅਨੁਸਾਰ ਜ਼ਿਲ੍ਹੇ ਦੀ ਖੇਤਰੀ ਸੀਮਾ ਦੇ ਅੰਦਰ ਕਿਸੇ ਵੀ ਮਿਲੇ ਧਾਰਮਿਕ ਜਲੂਸ ਵਿਆਹ ਸ਼ਾਦੀ ਜਲੂਸ ਜਾਂ ਕਿਸੇ ਹੋਰਾ ਕੱਟ ਜਾਂ ਕਿਸੇ ਵਿਦਿਆਕ ਅਦਾਰੇ ਕੈਂਪਸ ਦੀ ਹਦੂਦ ਦੇ ਅੰਦਰ ਜਾਂ ਆਹਾਤੇ ਦੇ ਅੰਦਰ ਕੋਈ ਵੀ ਵਿਅਕਤੀ ਹਥਿਆਰ ਲੈ ਕੇ ਨਹੀਂ ਜਾਵੇਗਾ। ਜ਼ਿਲ੍ਹੇ ਦੀ ਖੇਤਰੀ ਸੀਮਾ ਦੇ ਅੰਦਰ ਕਿਸੇ ਵੀ ਸਥਾਨ ਤੇ ਕੋਈ ਵੀ ਜਨਤਾ ਦਾ ਮੈਂਬਰ ਕਿਸੇ ਵੀ ਤਿੱਕੇ ਧਾਰ ਵਾਲੇ ਹਥਿਆਰਾਂ ਬੰਦੂਕਾਂ ਹਥਿਆਰਾਂ ਸਮੇਤ ਹਥਿਆਰਾਂ ਦੀ ਨਿਸ਼ਾਨਦੇਹੀ ਜਾਂ ਪ੍ਰਦਰਸ਼ਨ ਨਹੀਂ ਕਰੇਗਾ। ਇਸੇ ਤਰ੍ਹਾਂ ਲਾਈਵ ਸ਼ੋਅ ਦੇ ਵਿੱਚ ਕਿਸੇ ਵੀ ਗਿੱਧੇ ਵਿੱਚ ਸ਼ਰਾਬ ਪੈਣ ਨਸ਼ਾ ਤੇ ਹਿੰਸਾ ਦੀ ਵਡਿਆਈ ਕਰਦੇ ਗੀਤ ਚਲਾਉਣ ਤੇ پابੰਦੀ ਲਗਾਈ ਗਈ ਹੈ ਕੰਮ ਦੇ ਖਬਰਾਂ ਪੈਕਟ ਆ ਪੂਰਤੇ ਜਰੂਰੀ ਜਾਣਕਾਰੀ ਨਾ ਦੇਣ ਤੇ ਭਰਨਾ ਪਵੇਗਾ 50000 ਰੁਪਏ ਜੁਰਮਾਨਾ ਅੱਜ ਕੱਲ ਪਿੰਡ ਹੋਵੇ ਜਾਂ ਸ਼ਹਿਰ ਹਰ ਥਾਂ ਤੇ ਕਈ ਛੋਟੀਆਂ ਛੋਟੀਆਂ ਦੁਕਾਨਾਂ ਤੇ ਪੈਕ ਕੀਤੇ ਖਾਣ ਪੀਣ ਦੀਆਂ ਵਸਤੂਆਂ ਵੇਚਦਿਆਂ ਹਾਂ ਤੇ ਜਿਨ੍ਹਾਂ ਤੇ ਕਈ ਵਾਰ ਨਾ ਤਾਂ ਉਤਪਾਦ ਦਾ ਨਾਂ ਪਤਾ ਅਤੇ ਨਾ ਹੀ ਖਾਣ ਪੀਣ ਵਾਲੀ ਵਸਤੂ ਦੇ ਨਿਰਮਾਣ ਦੀ ਕੋਈ ਮਿਤੀ ਜਾਂ ਮਿਆਦ ਪੁੱਗਣ ਦੇ ਤਰੀਕਾ ਲਿਖੀ ਹੁੰਦੀ ਹੈ ਬਹੁਤ ਸਾਰੇ ਲੋਕਾਂ ਇਹ ਨਹੀਂ ਜਾਣਦੇ ਕਿ ਪੈਕ ਕੀਤੇ ਗਏ ਪੋਜਨਾ ਤੇ ਇਹ ਜਾਣਕਾਰੀ ਨਾ ਦੇਣਾ ਨਿਯਮਾਂ ਦੇ ਕੋਰ ਉਲੰਘਣਾ ਤੇ ਸਜ਼ਾ ਵੀ ਹੋ ਸਕਦੀ ਹੈ ਹਾਲ ਹੀ ਦੇ ਵਿੱਚ ਸੁਪਰੀਮ ਕੋਰਟ ਨੇ ਕੋਲਕਾਤਾ ਦੇ ਇੱਕ 24 ਸਾਲ ਪੁਰਾਣੇ ਮਾਮਲੇ ਵਿੱਚ ਇੱਕ ਦੁਕਾਨਦਾਰ ਨੂੰ ਖੁਰਾਕ ਦੇ ਵਿੱਚ ਮਲਾਵਟ ਰੋਕੂ ਕਾਨੂੰਨ ਦੇ ਉਲੰਘਣਾ ਕਰਨ ਦਾ ਦੋਸ਼ੀ ਪਾਇਆ ਤੇ 50000 ਰੁਪਏ ਦਾ ਜੁਰਮਾਨਾ ਲਗਾਇਆ ਹੈ ਦਿਲੇ ਸਰਕਾਰ ਨੇ ਬਹਾਨਾ ਦੇ ਸਕ੍ਰੈਪਿੰਗ ਆ ਪਾਲਿਸੀ ਦੇ ਵਿੱਚ ਕੀਤਾ ਬਦਲਾ ਜਾਣ ਲਓ ਨਵੇਂ ਨਿਯਮਾਂ ਜੇਕਰ ਤੁਹਾਡਾ ਡੀਜ਼ਲ ਵਾਹਨ 10 ਸਾਲ ਪੁਰਾਣਾ ਹੈ ਜਾਂ ਪੈਟਰੋਲ ਵਾਹਨ 15 ਸਾਲ ਪੁਰਾਣਾ ਹੋ ਗਿਆ ਤੇ ਇਸ ਨੂੰ ਦਿੱਲੀ ਟਰਾਂਸਪੋਰਟ ਵਿਭਾਗ ਦੇ ਦੁਆਰਾ ਜਬ ਤੱਕ ਕਾਲਿਆ ਗਿਆ ਤਾਂ ਤੁਹਾਡੇ ਕੋਲ ਆਪਣਾ ਵਾਹਨ ਵਾਪਸ ਲੈਣ ਦੇ ਲਈ ਸਿਰਫ 3 ਹਫ਼ਤਿਆਂ ਦਾ ਸਮਾਂ ਹੋਵੇਗਾ ਜੇਕਰ ਤੁਸੀਂ ਲੋੜੀ ਦੇ ਦਸਤਾਵੇਜ਼ਾਂ ਦੇ ਨਾਲ 21 ਦਿਨ ਦੇ ਅੰਦਰ ਵਾਹਨ ਦੇ ਰਿਲੀਜ਼ ਦੇ ਲਈ ਅਰਜੀ ਨਹੀਂ ਦਿੰਦੇ ਹੋ ਤਾਂ ਤੁਹਾਡੇ ਵਾਹਨ ਨੂੰ ਸਕ੍ਰੈਪ ਕਰਨ ਲਈ ਭੇਜਿਆ ਜਾਵੇਗਾ ਇਸ ਦਾ ਮਤਲਬ ਇਹ ਹੈ ਕਿ ਤੁਸੀਂ ਹਮੇਸ਼ਾ ਦੇ ਲਈ ਆਪਣਾ ਵਾਹਨ ਗਵਾ ਦਮੋਗੇ ਹੁਣਾ ਦਿੱਲੀ ਸਰਕਾਰ ਦੇ ਟ੍ਰਾਂਸਪੋਰਟ ਵਿਭਾਗ ਨੇ ਜਬਤ ਕੀਤੇ ਗਏ ਵਾਹਨਾਂ ਦੇ ਲਈ ਨਵੇਂ ਦੇਸ਼ ਨਿਰਦੇਸ਼ ਜਾਰੀ ਕੀਤੇ ਹਨ ਨਵੇਂ ਦੇਸ਼ ਨਿਰਦੇਸ਼ਾਂ ਦੇ ਅਨੁਸਾਰ ਜਬਤ ਕੀਤੇ ਗਏ ਵਾਹਨਾਂ ਦੇ ਦਸਤਾਵੇਜ਼ 3 ਹਫ਼ਤਿਆਂ ਦੇ ਅੰਦਰ ਜਮ੍ਹਾਂ ਕਰਵਾਉਣੇ ਹੋਣਗੇ ਇਨਫੋਰਸਮੈਂਟ ਏਜੰਸੀ ਦਸਤਾਵੇਜ਼ ਜਮ੍ਹਾਂ ਕਰਵਾਉਂਦੇ 1 ਹਫ਼ਤੇ ਦੇ ਅੰਦਰ ਆਪਣਾ ਫੈਸਲਾ ਦੇਵੇਗੀ ਦਿੱਲੀ ਦੇ ਵਿੱਚ 10 ਸਾਲ ਪੂਰੇ ਕਰਨ ਵਾਲੇ ਡੀਜ਼ਲ ਵਾਹਨ ਅਤੇ 15 ਸਾਲ ਪੂਰੇ ਕਰਨ ਵਾਲੇ ਪੈਟਰੋਲ ਵਾਹਨਾਂ ਦੀ ਉਮਰ ਪੂਰੀ ਮੰਨੀ ਜਾਂਦੀ ਹੈ ਜਾਨੀ ਕਿ ਉਹ ਬਹੁਤ ਪੁਰਾਣੇ ਹੋ ਚੁੱਕੇ ਹਨ ਪੰਜਾਬ ਵਿੱਚ ਸੀਐਨਜੀ ਦੀ ਕੀਮਤ ਵਿੱਚ ਕੀਤੇ ਟਾਇਰ ਪ੍ਰਤੀ ਕਿਲੋ ਦੇ ਕਟੌਤੀ ਪੰਜਾਬ ਦੇ ਵਿੱਚ ਕੰਪਰੈਸਡ ਦਾ ਨੈਚੁਰਲ ਗੈਸ ਸੀਐਨਜੀ ਅਤੇ ਪਾਈਪਡ ਨੈਚੁਰਲ ਗੈਸ ਪੀਐਨਜੀ ਪ੍ਰਦਾਨ ਕਰਨ ਦੇ ਲਈ ਭਾਰਤ ਸਰਕਾਰ ਦੇ ਪੈਟਰੋਲੀਅਮ ਮੰਤਰਾਲੇ ਦੇ ਹੇਠਾਂ ਪੈਟਰੋਲੀਅਮ ਅਤੇ ਨੈਚੁਰਲ ਗੈਸ ਰੈਗੂਲੇਟਰੀ ਬੋਰਡ ਦੁਆਰਾ ਅਧਿਕਾਰਤ ਟੋਰੈਂਟ ਗੈਸ ਨੇ ਪੰਜਾਬ ਦੇ ਵਿੱਚ ਟਾਇਰ ਪ੍ਰਤੀ ਕਿਲੋ ਦੇ ਕਟੌਤੀ ਕੀਤੀ ਹੈ ਪਟਿਆਲਾ ਸੰਗਰੂਰਾ ਮਹਾਲਿਆ ਅਤੇ ਮਲੇਰ ਕੋਟਲਾ ਸਹਿਤਾ ਦੇਸ਼ ਭਾਰਤ ਦੇ ਟੋਰੈਂਟ ਗੈਸ ਦੇ ਆਪਰੇਸ਼ਨਲ ਖੇਤਰਾਂ ਵਿੱਚ ਲਾਗੂ ਕੀਤੇ ਗਏ ਦਰ ਪੈਟਰੋਲ ਦੇ ਤੁਲਨਾ ਦੇ ਵਿੱਚ 39% ਤੱਕ ਸਸਤੀ ਹੋ ਗਈ ਹੈ ਸੀਐਨਜੀ ਦੇ ਕੀਮਤ ਵਿੱਚ ਇਹ ਕਟੌਤੀ ਸ਼ੁੱਧ ਬਾਲਣ ਦੇ ਉਪਯੋਗ ਨੂੰ ਵਾਧਾ ਦੇਣ ਦੇ ਉਦੇਸ਼ ਦੇ ਨਾਲ ਕੀਤੀ ਗਈ ਹੈ